ऐ वतन ऐ वतन हमको तेरी कसम तेरी जाहों में जहाँ तक लुटा जाएंगे फूल क्या चीज है तेरे कदमों में हम सभेट अपने सरों की चढ़ा जाएंगे ऐ वतन ऐ वतन हमको तेरी कसम ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਮਾਈ ਚੈਨਲ ਹੈਰੀ ਸਿੰਘ ਦੋਸਤੋ ਅੱਜ ਤੁਹਾਡਾ ਸਵਾਗਤ ਕਰਦਾ ਮੇਰੇ ਔਰ ਤੁਹਾਡੇ ਚੈਨਲ ਤੇ ਦੋਸਤੋ ਅੱਜ ਹੈ 26 ਜਨਵਰੀ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ 26 ਜਨਵਰੀ ਦੀਆਂ ਦੋਸਤੋ ਅੱਜ 26 ਜਨਵਰੀ ਯੂਨਿਕ 26 ਜਨਵਰੀ ਹੈ ਜਿਹਦੇ ਚ ਕਿਸਾਨ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਪਰੇਡ ਕਰ ਰਹੇ ਨੇ ਤੇ ਆਓ ਆਪਾਂ ਮਿਲ ਕੇ ਕਿਸਾਨਾਂ ਦੀ ਸਪੋਰਟ ਲਈ ਉਹਨਾਂ ਦੇ ਇਸ ਪਰੇਡ ਚ ਸ਼ਾਮਿਲ ਹੋਣ ਦੀ ਕੋਸ਼ਿਸ਼ ਕਰੀਏ ਜੋ ਦਿੱਲੀ ਵਾਸੀ ਹੈ ਉਹਨਾਂ ਲਈ ਬਹੁਤ ਬਹੁਤ ਅੱਜ ਭਾਗਾ ਭਰਿਆ ਦਿੰਦਾ ਕਿ ਉਹ ਅੰਨਦਾਤਾ ਜਿਨੇ ਦੇਸ਼ ਨੂੰ ਉਸ ਸਮੇਂ ਤੇ ਵਿੱਚ ਜਦੋਂ ਲਾਲ ਬਹਾਦਰ ਸ਼ਾਸਤਰੀ ਜੀ ਨੇ ਨਾਰਾ ਚਲਾਇਆ ਸੀ ਜੈ ਜਵਾਨ ਜੈ ਕਿਸਾਨ ਜਦੋਂ ਸਾਡੇ ਇੱਥੇ ਜੋ ਕਣਕ ਆਂਦੀ ਸੀ ਰੈੱਡ ਕਣਕ ਲਾਲ ਕਣਕ ਜੋ ਅਮਰੀਕਾ ਤੋਂ ਆਂਦੀ ਸੀ ਜਦੋਂ ਸਾਡੇ ਨਾਲ ਪਾਕਿਸਤਾਨ ਦੀ ਜੰਗ ਹੋਈ ਸੀ ਚੀਨ ਸਾਡੇ ਨੂੰ ਅੱਖਾ ਦਿਖਾ ਰਿਹਾ ਸੀ ਤੇ ਸਾਡੇ ਮੁਲਕ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਪ੍ਰੋਪਰ ਪੂਰਾ ਅੰਨ ਦੀ ਪੈਦਾਵਾਰ ਨਹੀਂ ਹੁੰਦੀ ਸੀ ਉਦੋਂ ਲਾਲ ਬਹਾਦਰ ਸ਼ਾਸਤਰੀ ਜੀ ਨੇ ਇੱਕ ਨਾਰਾ ਚਲਾਇਆ ਸੀ ਜੈ ਜਵਾਨ ਤੇ ਜੈ ਕਿਸਾਨ ਸੋ ਇਥੋਂ ਇਸ ਨਾਰੇ ਤੋਂ ਤੁਹਾਨੂੰ ਇਹ ਪਤਾ ਚੱਲ ਜਾਣਾ ਚਾਹੀਦਾ ਕਿ ਸਾਨੂੰ ਜੈ ਜਵਾਨਾਂ ਦੀ ਤੇ ਕਿਸਾਨਾਂ ਦੀ ਕਿੰਨੀ ਲੋੜ ਹੈ ਤੇ ਜੇ ਅੱਜ ਇਸ ਅੰਨਦਾਤਾ ਨੂੰ ਇਹ ਦਿਨ ਦੇਖਣਾ ਪਿਆ ਕਿ ਉਹਨੂੰ ਆਪਣੀ ਹੋਂਦ ਦੱਸਣ ਲਈ ਇਹ ਪਰੇਡ ਕਰਨੀ ਪੈ ਰਹੀ ਹੈ ਇਹ ਮਾਰਚ ਕਰਨਾ ਪੈ ਰਿਹਾ 26 ਜਨਵਰੀ ਦੇ ਵਿੱਚ ਤੇ ਆਓ ਆਪਾਂ ਉਹਦਾ ਸਵਾਗਤ ਕਰਦੀਏ ਦਿੱਲੀ ਵਾਸੀਆਂ ਦੀ ਇਹ ਡਿਊਟੀ ਵੀ ਬਣਦੀ ਹੈ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਜ਼ਮੀਰ ਨੂੰ ਦੇਖਦੇ ਹੋਏ ਆਪਣੀ ਜ਼ਮੀਨ ਨੂੰ ਜਗਾਉਂਦੇ ਹੋਏ ਇਹਨਾਂ ਕਿਸਾਨਾਂ ਦੀ ਸਪੋਰਟ ਕਰੀਏ ਕਰਨ ਇਹਨਾਂ ਕਿਸਾਨਾਂ ਦਾ ਸਵਾਗਤ ਕਰਨ ਫੁੱਲਾਂ ਦੇ ਨਾਲ ਹਾਰਾਂ ਦੇ ਨਾਲ ਤਾਂ ਜੋ ਇਹ ਕਿਸਾਨ ਜਿਨ੍ਹਾਂ ਨੇ ਦੇਸ਼ ਨੂੰ ਹੀ ਨਹੀਂ ਦੁਨੀਆ ਨੂੰ ਵੀ ਅੰਨ ਦਿੱਤਾ ਹੈ ਤਾਂ ਸਾਨੂੰ ਉਸ ਭੁਖਮਰੀ ਦੇ ਟਾਈਮ ਚੋਂ ਬਾਹਰ ਕੱਢਿਆ ਜਦੋਂ ਸਾਨੂੰ ਸਾਰੇ ਮੁਲਕ ਸਾਡੀ ਹੋਂਦ ਨੂੰ ਸਮਝਦੇ ਨਹੀਂ ਸੀ ਤੇ ਅੱਜ ਇਹਨਾਂ ਕਿਸਾਨਾਂ ਦੇ ਕਾਰਨ ਹੀ ਸਾਡੀ ਇਕਨੋਮੀ ਜਿਹਦਾ ਪਿੱਛੇ ਜਿਹੜਾ ਲਾਕਡਾਊਨ ਹੋਇਆ ਕੋਵਿਡ ਦੇ ਟਾਈਮ ਦੇ ਵਿੱਚ ਹੋਰ ਸਾਰੀਆਂ ਇੰਡਸਟਰੀਜ਼ ਜਿਹੜੀਆਂ ਡਾਊਨਫਾਲ ਦੇ ਵਿੱਚ ਰਹੀਆਂ ਬਟ ਜਿਹੜੀ ਕਿਸਾਨੀ ਦੇ ਕਾਰਨ ਹੀ ਸਾਨੂੰ ਕਿਸਾਨਾਂ ਦੇ ਪੈਦਾ ਕੀਤੇ ਆਂਦੇ ਕਾਰਨ ਹੀ ਸਾਡੀ ਜੀਡੀਪੀ ਤਰੱਕੀ ਦੇ ਵਿੱਚ ਰਹੀ ਹੈ ਸੋ ਦੋਸਤੋ ਆਓ ਮਿਲ ਕੇ ਕਿਸਾਨਾਂ ਦੀ ਸਪੋਰਟ ਕਰੀਏ ਇਹਨਾਂ ਦੀ ਇਸ ਪਰੇਡ ਦੇ ਵਿੱਚ ਵੱਧ ਤੋਂ ਵੱਧ ਇਹਨਾਂ ਦੀ ਪਰੇਡ ਦੀਆਂ ਵੀਡੀਓ ਨੂੰ ਸ਼ੇਅਰ ਕਰੀਏ ਇਹਨਾਂ ਦੀ ਪਰੇਡ ਨੂੰ ਪ੍ਰਸਾਹਿਨ ਕਰੀਏ ਇਹਨਾਂ ਦੀ ਵੀਡੀਓ ਜਿੰਨੀ ਆਪਾਂ ਵੱਧ ਤੋਂ ਅ ਅ ਸੋਸ਼ਲ ਮੀਡੀਆ ਮਾਰਕੀਟਿੰਗ ਇਹਨਾਂ ਦੀ ਕਰ ਸਕੀਏ ਉਹ ਕਰਨਾ ਚਾਹੀਦਾ ਤੇ ਸਰਕਾਰਾਂ ਨੂੰ ਟੈਗ ਕਰੀਏ ਇਹਨਾਂ ਦੀ ਪਰੇਡ ਦੀ ਵੀਡੀਓਜ਼ ਨੂੰ ਤੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਲਾਂਦੇ ਹੋਏ ਮੈਂ ਇਸ ਦਿੱਲੀ ਵਾਸੀਆਂ ਨੂੰ ਅੱਜ ਭਾਗਾ ਭਰਿਆ ਮੰਨਦਾ ਜਿਨ੍ਹਾਂ ਦੇ ਦਿੱਲੀ ਦੇ ਵਿੱਚ 26 ਜਨਵਰੀ ਨੂੰ ਕਿਸਾਨ ਘੜ ਤੋਂ ਘੜ ਜਿਆਦਾ ਨਹੀਂ ਤਾਂ 2 ਤੋਂ 2.5 ਲੱਖ ਟਰੈਕਟਰ ਲੈ ਕੇ ਆਪਣੇ ਪਰੇਡ ਕਰ ਰਹੇ ਨੇ ਆਪਣੇ ਮਾਰਚ ਕਰ ਰਹੇ ਨੇ ਤੇ ਤੁਸੀਂ ਇੱਕ ਛੋਟੀ ਜਿਹੀ ਐਗਜ਼ਾਮਪਲ ਵੀ ਦਿਨਾ ਕਿਸਾਨਾਂ ਦੀ ਕਿੰਨੀ ਸਾਨੂੰ ਲੋੜ ਹੈ africa ਦੇ ਵਿੱਚ ਪਿੱਛੇ ਜੇ ਕਾਲ ਰਿਆ ਭੁੱਖ ਮਰੀ ਰਹੀ ਉੱਥੇ ਇਹ ਟਾਈਮ ਆ ਗਿਆ ਸੀ ਪਾਣੀ ਬਿਲਕੁਲ ਨਹੀਂ ਸੀ ਮਿਲਦਾ ਅਗਰ ਖਾਣ ਨੂੰ ਕੋਈ ਅੰਨ ਨਹੀਂ ਸੀਗਾ ਹੁਣ ਕਹਿਣਾ ਤਾਂ ਨਹੀਂ ਚਾਹੀਦਾ ਵੀ ਅਗਰ ਇੱਕ ਬੰਦਾ ਉੱਥੇ ਇਹ ਹਾਲ ਸੀ ਇੱਕ ਬੰਦਾ ਠੁੱਕਦਾ ਸੀ ਤੇ ਦੂਸਰਾ ਬੰਦਾ ਚੱਟ ਲੈਂਦਾ ਸੀ ਇਹ ਹਾਲ ਸੀਗਾ ਤੇ ਸਾਨੂੰ ਉਹ ਟਾਈਮ ਕਦੀ ਦੇਖਣਾ ਨਾ ਪਿਆ ਨਾ ਪਏਗਾ ਕਿਉਂਕਿ ਜਉ ਤੱਕ ਸਾਡੇ ਕਿਸਾਨ ਸਾਡੇ ਲਈ ਅੰਨ ਪੈਦਾ ਕਰ ਰਹੇ ਨੇ ਇਹ ਦੇਸ਼ ਸਾਡਾ ਹਮੇਸ਼ਾ ਤਰੱਕੀ ਤੇ ਰਹੇਗਾ ਸੋ ਦੋਸਤੋ ਆਓ ਮਿਲ ਕੇ ਕਿਸਾਨਾਂ ਦੇ ਸੰਘਰਸ਼ 'ਚ ਆਪਾਂ ਸਾਥ ਦਈਏ ਉਹਨਾਂ ਦੀਆਂ ਜਿਹੜੀਆਂ ਮੰਗਾਂ ਉਹਨਾਂ ਨੂੰ ਸਰਕਾਰ ਨੂੰ ਕਹੀਏ ਕਿ ਇਹਨਾਂ ਨੂੰ ਇਹ ਮੰਗ ਉਹਨਾਂ ਨੂੰ ਕਿਸਾਨਾਂ ਦੀ ਮੰਨ ਲੈਣੀ ਚਾਹੀਦੀ ਹੈ ਤਾਂਕਿ ਆ ਅ ਦੇਸ਼ ਸਾਡਾ ਤਰੱਕੀ ਚ ਰਹੇ ਕਿਸਾਨ ਖੁਸ਼ਹਾਲ ਰਹੇਗਾ ਤਾਂ ਦੇਸ਼ ਆਪਣੇ ਆਪ ਹੀ ਤਰੱਕੀ ਦੇ ਵਿੱਚ ਰਹੇਗਾ ਕਿ ਕਿਸਾਨ ਸਾਨੂੰ ਵਧੀਆ ਸਸਤਾ ਸਾਡੇ ਜੀਵਨ ਸਾਨੂੰ ਸਾਡੇ ਤੱਕ ਪਹੁੰਚਾਏਗਾ ਤਾਂ ਆਟੋਮੈਟਿਕਲੀ ਉਹ ਅੰਨ ਖਾ ਕੇ ਅਸੀਂ ਆਪੋ ਆਪਣੇ ਕਮਾਕਾਰਾਂ ਨੂੰ ਚੰਗੀ ਤਰ੍ਹਾਂ ਨਲਕਾਰ ਪਾਵਾਂਗੇ ਸਾਡੇ ਵੀ ਜਿਹੜੀ ਪੌਕਟ ਹੈ ਉਹ ਸਸਤਾ ਜਿਹੜਾ ਠੀਕ ਸਾਨੂੰ ਜਿਹੜਾ ਅਨਾਜ ਦੀ ਢੇਰ ਚ ਕਿਸਾਨਾਂ ਵੱਲੋਂ ਮਿਲ ਰਿਹਾ ਹੈ ਉਹਦੇ ਕਾਰਨ ਸਾਡੀ ਵੀ ਪੌਕਟ ਤੇ ਜ਼ਿਆਦਾ ਬੋਝ ਨਹੀਂ ਪੈ ਰਿਹਾ ਪਰ ਜਿੱਦਾਂ ਦੇ ਕਾਨੂੰਨ ਇਹ ਸਰਕਾਰ ਲੈ ਕੇ ਆ ਰਹੀ ਹੈ ਕਾਰਪੋਰੇਟ ਦੇ ਹੱਕ ਦੇ ਵਿੱਚ ਤਾਂ ਇਹਨਾਂ ਕਾਨੂੰਨਾਂ ਦੇ ਕਾਰਨ ਸਾਨੂੰ ਜਿਹੜਾ ਇਹ ਹੋ ਸਕਦਾ ਕਿ ਸਾਨੂੰ ਮਹਿੰਗੇ ਅੰਨ ਲੈਣਾ ਪਵੇ ਤੇ ਮਹਿੰਗਾ ਅੰਨ ਜਿਹੜਾ ਸਾਡੀ ਸਾਡੀਆਂ ਸਭ ਦੀਆਂ ਜੇਬਾਂ ਦੇ ਉੱਪਰ ਭਾਰ ਪਾਏਗਾ ਜਿਹਦੇ ਕਾਰਨ ਸਾਡੀ ਵੀ ਅਰਥਵਿਵਸਥਾ ਸਾਡੇ ਘਰਾਂ ਦੀ ਅਰਥਵਿਵਸਥਾ ਉਡਾਂਵਾ ਡੋਲਣ ਦੀ ਸਥਿਤੀ ਦੇ ਵਿੱਚ ਆ ਜਾਏਗੀ ਸੋ ਆਓ ਮਿਲ ਕੇ ਕਿਸਾਨਾਂ ਦੀ ਪ੍ਰੇਡ ਨੂੰ 26 ਜਨਵਰੀ ਨੂੰ ਆਨੰਦ ਲਈਏ ਤੇ ਕਿਸਾਨਾਂ ਦੀ ਪ੍ਰੇਡ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਥੈਂਕ ਯੂ ਜੀ ਸਸਿਕਾ ਨਮਸਕਾਰ ਬਾਏ ਬਾਏ